ਸਾਸਰੀ ਦਿਨੀ ਜਾਣ ਦੀ ਗੁੱਟੀ ਵੀਰਾ ਗੁਰੂ ਬਣਾ ਲਿਆ ਲੇਕਿਨ ਜੋ ਅੰਦਰ ਦੀ ਸ਼ਾਂਤੀ ਹੈ ਅਧਿਆਤਮਿਕ ਸੁੱਖ ਹੈ ਉਹ ਪ੍ਰਾਪਤ ਨਹੀਂ ਵੀਰਾ ਕੋ ਕਿਸੇ ਨੇ ਬਤਾਇਆ ਕਿ ਵੀਰਾ ਕਾਸ਼ੀ ਮੇ ਸੀਰ ਗੁਰਵਰਧਨ ਪੁਰ ਮੇ ਰਵਿਦਾਸ ਮਹਾਰਾਜ ਨਾਮ ਕੇ ਸੰਤ ਹੈ ਉਨਕੇ ਦਰਸ਼ਨ ਕਰਨੇ ਸੇ ਮਨ ਆਤਮਾ ਕੋ ਸਕੂਨ ਮਿਲਤਾ ਹੈ ਵੀਰਾ ਜੈਸੇ ਗੁਰੂ ਜੀ ਕੇ ਚਰਨੋਂ ਮੇ ਗਈ ਔਰ ਨਾਮ ਕੀ ਦਾਤ ਲੈ ਕੇ ਵੀਰਾ ਆਪਣੇ ਘਰ ਤੋਂ ਚਲੀ ਗਈ ਵੀਰਾ ਕੇ ਘਰ ਵਾਲੋ ਕੋ ਜਬ ਪਤਾ ਚਲਾ ਤੇ ਵੀਰਾ ਨੇ ਗੁਰੂ ਰਵਿਦਾਸ ਮਹਾਰਾਜ ਜੀ ਕੋ ਆਪਣਾ ਗੁਰੂ ਧਾਰਨ ਕਰ ਲਿਆ ਛੋਟੀ ਜਾਤੀ ਸੇ ਛੋਟੇ ਸਮਾਜ ਸੇ ਹੈ ਵੀਰਾ ਕੇ ਘਰ ਵਾਲੋ ਨੇ ਬਾਰ ਬਾਰ ਕਹਾ ਵੀਰਾ ਜੀ ਗੁਰੂ ਰਵਿਦਾਸ ਜੀ ਮਹਾਰਾਜ ਛੋਟੀ ਜਾਤੀ ਸੇ ਹੈ ਛੋਟੇ ਸਮਾਜ ਸੇ ਹੈ ਕਹਿਣੇ ਲਗੀ ਉਨਕੇ ਚਰਨੋਂ ਮੇ ਬੜੇ ਬੜੇ ਰਾਜੇ ਮਹਾਰਾਜੇ ਉਨਕਾ ਆਸ਼ੀਰਵਾਦ ਲੈਣੇ ਕੇ ਲੀਏ ਅਤੇ ਆਪ ਹੀ ਜਦੋਂ ਉਨਕੇ ਦਰਸ਼ਨ ਕਰਨੇ ਸੇ ਮਨ ਆਤਮਾ ਕੋ ਸਕੂਨ ਮਿਲਣੇ ਵਾਲਾ ਵੀਰਾ ਕੇ ਘਰ ਵਾਲੋਂ ਨੇ ਬਾਰ ਬਾਰ ਸਮਝਾਇਆ ਲੇਕਿਨ ਵੀਰਾ ਮਾਰਨੇ ਕੋ ਤਿਆਰ ਨਹੀਂ ਘਰ ਵਾਲੋਂ ਨੇ ਇੱਕ ਜ਼ਹਿਰੀਲਾ ਜ਼ਹਿਰ ਮੰਗਵਾਇਆ ਕਟੋਰੇ ਮੇ ਡਾਲ ਕਰ ਵੀਰਾ ਕੋ ਦੇ ਦਿਆ ਮਿਲੋ ਵੀਰਾ ਜੀ ਆਪਕੇ ਗੁਰੂ ਨੇ ਆਪਕੇ ਲੀਏ ਅੰਮ੍ਰਿਤ ਭੇਜਿਆ ਹੈ ਮੀਰਾ ਕੀ ਦਾਸੀ ਮੀਰਾ ਸੇ ਪ੍ਰੇਮ ਕਰਤੀ ਥੀ ਮੀਰਾ ਜੀ ਇਸ ਕਟੋਰੇ ਮੇ ਅੰਮ੍ਰਿਤ ਨਹੀਂ ਹੈ ਇਸਮੇ ਆਪਕੇ ਘਰ ਵਾਲੋਂ ਨੇ ਆਪਕੋ ਮਾਰਨੇ ਕੇ ਲੀਏ ਜ਼ਹਿਰ ਦਿਆ ਮੀਰਾ ਕਹਿਣੇ ਲਗੀ ਇਸ ਬਾਤ ਕਾ ਗਿਆਨ ਮੁਝੇ ਵੀ ਹੈ ਇਸ ਪਿਆਲੇ ਮੇ ਅੰਮ੍ਰਿਤ ਨਹੀਂ ਜ਼ਹਿਰ ਹੈ ਲੇਕਿਨ ਬੀਚ ਮੇ ਮੇਰੇ ਗੁਰੂ ਕਾ ਨਾਮ ਜੁੜ ਗਿਆ ਮੇਰੇ ਗੁਰੂ ਕੇ ਨਾਮ ਮੇ ਕਿਆ ਹੋਇਆ ਮੈਂ ਇਸ ਪਿਆਲੇ ਕੋ ਪੀਊਂਗੀ ਜ਼ਰੂਰ ਕਿਉਂਕਿ ਬੀਚ ਮੇ ਮੇਰੇ ਗੁਰੂ ਕਾ ਨਾਮ ਆ ਗਿਆ ਕਿ ਤੇਰੇ ਗੁਰੂ ਨੇ ਭੇਜਿਆ ਤੋ ਗੁਰੂ ਕਹਿੰਦੇ ਸਾਸਾਂ ਦੀ ਜਾਗੋ ਰੱਖੇ ਸਾਈਆਂ ਬਾਹਰ ਸਾਡੇ ਨਾ ਕੋਈ ਜਿਸਕੇ ਉੱਪਰ ਗੁਰੂ ਦੀ ਕਿਰਪਾ ਹੈ ਜਿਸਕੇ ਉੱਪਰ ਗੁਰੂ ਦੀ ਆਸ਼ੀਰਵਾਦ ਹੈ ਗੁਰੂ ਜੀ ਨੇ ਕਹਾ ਉਸਕਾ ਕੋਈ ਬਾਰ ਬਾਰ ਕਾ ਕਰਨੇ ਵਾਲਾ ਹੈ ਬਿਨਾਂ ਜੈਸੇ ਉਸ ਜ਼ਹਿਰ ਕੇ ਪਿਆਲੇ ਕੋ ਪੀਣੇ ਲਗੀ ਉਸ ਜ਼ਹਿਰ ਕੇ ਪਿਆਲੇ ਮੇ ਸੇ ਮੀਰਾ ਕੋ ਗੁਰੂ ਰਵਿਦਾਸ ਮਹਾਰਾਜ ਜੀ ਕੇ ਦਰਸ਼ਨ ਹੋਏ ਵੋ ਮੀਰਾ ਪਿਆਲਾ ਗਦਗਦ ਕਰਕੇ ਪੀ ਲਈ ਉਹ ਜ਼ਹਿਰ ਕਾ ਪਿਆਲਾ ਮੀਰਾ ਕੇ ਲਈ ਅਮਰ ਬਣ ਗਿਆ ਘਰ ਵਾਲੋਂ ਨੇ ਸੋਚਾ ਹੋ ਸਕਦਾ ਹੈ ਜ਼ਹਿਰ ਨਕਲੀ ਹੋ ਸਕਦਾ ਹੈ ਜ਼ਹਿਰੀਲਾ ਨਾਲ ਲੈਕਰ ਆਏ ਮੀਰਾ ਜੀ ਜਿਨ ਗੁਰੂਆਂ ਕਾ ਆਪਣੇ ਨਾਲ ਭਜਨ ਕਰਦੇ ਹੋ ਸਿਮਰਨ ਕਰਦੇ ਹੋ ਉਹਨੇ ਵੀ ਆਪਕੇ ਲਈ ਇੱਕ ਤੋਹਫਾ ਭੇਜਿਆ ਹੈ ਕੀਮਤੀ ਬੇਸ਼ੁਮਾਰ ਦਾਸੀ ਫਿਰ ਕਹਿਣੇ ਲੱਗੀ ਮੀਰਾ ਜੀ ਇਸਮੇ ਕੋਈ ਕੀਮਤੀ ਤੋਹਫਾ ਨਹੀਂ ਹੈ ਘਰ ਵਾਲੋਂ ਕੀ ਮਾਰਨੇ ਕੀ ਸਾਜਿਸ਼ ਹੈ ਆਪਕੋ ਇਸਮੇ ਜ਼ਹਿਰੀਲਾ ਨਾਗ ਹੈ ਜੈਸੇ ਪਟਾਰੀ ਖੁੱਲੋਗੇ ਉਹ ਨਾਗ ਆਪਕੋ ਵਸ ਲੇਗਾ ਔਰ ਜੀਵਨ ਲੀਲਾ ਸਮਾਪਤ ਹੋ ਜਾਏਗੀ ਮੀਰਾ ਕਹਿਣੇ ਲੱਗੀ ਮੁਝੇ ਆਪਣੇ ਗੁਰੂਆਂ ਤੇ ਵਿਸ਼ਵਾਸ ਆਦਮੀ ਛੋਟਾ ਸਾ ਕੋਈ ਮੰਨਤ ਮੰਗਣੇ ਕੇ ਲਈ ਕੋਈ ਮਾਂ ਗੁਰੂ ਕੇ ਚਰਨੋਂ ਮੇ ਹਮ ਜਾਤੇ ਹੈ ਮਿਲ ਜਾਈ ਤੋ ਠੀਕ ਹੈ ਨਹੀਂ ਤੋ ਆਦਮੀ ਕਹਿਤਾ ਮੈਂ ਕੱਲ੍ਹ ਤੋਂ ਕੋਈ ਦੂਸਰਾ ਗੁਰੂ ਦੇਖ ਲੂੰਗਾ ਲੇਕਿਨ ਜਿਨਕਾ ਸੱਚਾ ਵਿਸ਼ਵਾਸ ਹੈ ਜਿਨਕੀ ਸੱਚੀ ਸ਼ਰਧਾ ਹੈ ਕਭੀ ਅਭੀ ਪੰਕਤੀਆਂ ਸਰਵਣ ਕੀ ਹੈ ਬੀਨ ਪੱਕਰ ਫਾਕਿਓ ਔਰ ਕਾਟਿਓ ਰੰਗ ਕੀਓ ਬਹਬਾਨੀ ਖੰਡ ਖੰਡ ਕਰ ਭੋਜਨ ਕਿੰਨਾ ਤਉ ਨਾ ਬਿਸਰੇ ਪਾਣੀ ਗੁਰੂ ਜੀ ਨੇ ਕਹਾ ਮਛਲੀ ਕਾ ਪ੍ਰੇਮ ਪਾਣੀ ਸੇ ਹੈ ਥੋੜੇ ਸਮੇਂ ਕੇ ਲੀਏ ਉਸਕੋ ਦੂਰ ਕਰ ਦਿਆ ਜਾਏ ਮਛਲੀ ਕੋ ਪਾਣੀ ਸੇ ਮਰ ਜਾਤੀ ਹੈ ਉਸਕੋ ਬਿਨਾ ਜਿੰਦਾ ਨਹੀਂ ਰਹਿੰਦੀ ਮਛਲੀ ਪਕੜਨੇ ਵਾਲਾ ਮਛਲੀ ਕੋ ਘਰ ਲੈ ਗਿਆ ਛੋਟੇ ਛੋਟੇ ਟੁਕੜੋਂ ਮੇ ਕਰ ਦਿਆ ਗਿਆ ਮੀਨ ਪੱਕਰ ਫਾਂਕੋ ਔਰ ਕਾਟਿਓ ਕਾਟ ਦਿਆ ਆਦਮੀ ਸੇ ਦੋ ਫਾਂਕੇ ਕਰ ਦੀ ਛੋਟੇ ਛੋਟੇ ਟੁਕੜੋਂ ਮੇ ਕਾਟ ਦਿਆ ਗਿਆ ਖੰਡ ਖੰਡ ਕਰ ਭੋਜਨ ਕਿੰਨਾ ਖਾਣੇ ਵਾਲੇ ਨੇ ਖੂਬ ਦਾਂਤੋਂ ਸੇ ਚਬਾ ਚਬਾ ਕਰ ਖਾਇਆ ਗੁਰੂ ਜੀ ਨੇ ਕਿਹਾ ਜੋ ਮਛਲੀ ਖਾਣੇ ਵਾਲੇ ਲੋਕ ਹੈ ਉਹ ਰਾਤ ਕੇ ਉੱਠ ਕਰ ਫਿਰ ਵੀ ਪਾਣੀ ਮੰਗਦਾ ਹੈ ਉਹ ਮਛਲੀ ਟੁਕੜੇ ਟੁਕੜੇ ਹੋ ਗਈ ਹੈ ਜਲ ਗਈ ਹੈ ਉਬਾਲੀ ਗਈ ਹੈ ਲੇਕਿਨ ਅਭੀ ਵੀ ਪਾਣੀ ਸੇ ਪ੍ਰੀਤ ਟੁੱਟੀ ਨਹੀਂ ਹੈ ਗੁਰੂ ਜੀ ਨੇ ਕਿਹਾ ਹਮਾਰਾ ਵੀ ਪ੍ਰੇਮ ਬੱਚਾ ਆਪਣੇ ਬਾਪ ਕੇ ਸਾਥ ਮੇਲੇ ਮੇ ਜਾਤਾ ਹੈ ਪੁਰਾਤਨ ਜ਼ਮਾਨਿਆਂ ਮੇ ਮੇਲੇ ਤੋ ਗੁਰੂ ਪਹਿਲੀ ਸਾਸਾਂ ਵੀ ਬੱਚਾ ਆਪਣੇ ਬਾਪ ਕੋ ਕਿਆ ਕਹਿਤਾ ਹੈ ਮੇਲੇ ਮੇ ਜਾਊਂਗਾ ਮੈਂ ਝੂਲੇ ਲੂੰਗਾ ਮਠਿਆਈ ਲੂੰਗਾ ਖਿਲੌਣੇ ਲੂੰਗਾ ਅਨੇਕੋ ਪ੍ਰਕਾਰ ਕੇ ਕਿਸੇ ਕਾਰਨ ਉਹ ਬੱਚਾ ਆਪਣੇ ਬਾਪ ਸੇ ਮੇਲੇ ਮੇ ਵਿਛੜ ਜਾਏ ਬਾਪ ਸੇ ਜੈਸੇ ਵਿਛੜ ਜਾਤਾ ਹੈ ਜੋ ਮੇਲਾ ਕਰਵਾਉਣੇ ਵਾਲੇ ਪ੍ਰਬੰਧਕ ਹੈ ਉਨਕੋ ਮਿਲਦੇ ਲੋਕ ਮੰਚ ਪੇ ਛੋੜ ਆਤੇ ਹੈ ਜੋ ਬੱਚੇ ਕੀ ਡਿਮਾਂਡ ਹੈ
जो मांग रहा था खिलौने मांग रहा था मिठाई मांग रहा था जुमला जुड़ने को कह रहा था अगर कमेटी वाले प्रबंधक उसकी सभी डिमांडे पूरी करें लेकिन फिर भी अपने बाप के बुजुर्ग में को रोकता है। गुरु जी ने कहा बहुत जन्म बिछड़े से बाद हो ये जन्म तुम्हारे निकले ना तो थोड़े समय की बात है या तो पता नहीं बिछड़े हुए जन्मे कितने हो गए। कबीर जब हम आए जगत में जग हसा हम रोए ऐसे करने कर चले हम हसे जग रोए। गुरु जी ने कहा बच्चा क्या प्रक्रिया है रोते हुए पैदा होता है। कबीर जब हम आए जगत में जग हसा हम बच्चा किसी कारण ना रोए लोग रोवाते हैं डॉक्टरों को पूछते भी जब रोया नहीं क्या कारण है इसको रुलाना जरूरी है। गुरुओं की वाणी का कथन है कहने लगे ए भाई इस संसार में जब मैं आया रो रहा था अगर नहीं भी रोया तो कैसे रो रहा है ये संसार की प्रक्रिया। कबीर जब हम आए जंग में जग हंसा हम रोए ऐसे करने कर चले हम हंसे जग रोए। गुरु जी ने कहा जो दुनिया में महापुरुष है वो शुभ कार्य करते हैं आप नाम जपते हैं संगत को नाम जपने का संदेश देते हैं और दुनिया में अमर है तो आओ पत्तियों में लिखा है कबीरा को अगर मारने के लिए नाग भेजा गया तो गुरु पहली सा सच गुरु जी की कृपा से नौ लाके फूलों के हार भर के मीरा अपने गले में डाल के गुरु जी की जय जयकार। हमारा भी भरोसा हमारा भी विश्वास गुरु जी के पावन पवित्र चरणों में होना चाहिए तो आओ जहां से सब कुछ मिलने वाला है गुरु जी कृपा करने वाले हैं। बर्तन बनाने वाला घुमियार बर्तन बनाता है उसको कनकार भी देखता है कच्चा तो नहीं है पक्का है कुछ डाले के बीच में टूट तो नहीं जाएगा तो गुरु जी ने कहा बच्चा स्कूल में पढ़ भी जाता है साल के बाद उसकी परीक्षा होती है टेस्ट लेते हैं किसने जो पढ़ाई की है इसमें पास हो जाएगा वो पाठशाला में टेस्ट आसान है वो जो परीक्षा है उसमें पास होना आसान है लेकिन गुरुओं की पाठशाला में इस परीक्षा में पास होना बड़ा कठिन है बड़ा मुश्किल है फेल हो जाते हैं लोग रूठ जाते हैं। गुरु पैरी साहब आओ हम भी प्रयास करें गुरु हमारे ऊपर कृपा करें हम इस परीक्षा में पास हो तो आओ गुरु पैरी साहब।